ਸਤਿ ਸ਼੍ਰੀ ਅਕਾਲ ਜੀ। ਅੱਜ ਨਾ ਜੀ ਮੈਂ ਦੁਆਬੇ ਦੇ ਵਿੱਚ ਗਿਆ ਸੀ ਸੁਲਤਾਨਪੁਰ ਲੋਧੀ ਵਾਲੀ ਸਾਈਡ, ਅਤੇ ਇਸ ਸਾਈਡ ਨਾ ਚੁਕੰਦਰਾਂ ਦੀ ਕਾਫੀ ਜੋ ਖੇਤੀ ਕੀਤੀ ਜਾਂਦੀ ਆ। ਜਦੋਂ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਜਾਂ ਸੁਣਦੇ ਹਾਂ ਕਿ ਚੁਕੰਦਰਾਂ ਦੀ ਖੰਡ, ਹੈ ਨਾ, ਅਤੇ ਚੁਕੰਦਰਾਂ ਦੀ ਖੰਡ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਅਕਸਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਆਉਂਦੇ ਕਿ ਜੋ ਬਾਜ਼ਾਰ ਦੇ ਵਿੱਚ ਲਾਲ ਲਾਲ ਰੰਗ ਦੇ ਚੁਕੰਦਰ ਮਿਲਦੇ ਹੁੰਦੇ ਆ, ਸ਼ਾਇਦ ਉਹਨਾਂ ਦੀ ਇਹ ਖੰਡ ਮਤਲਬ ਕਿ ਤਿਆਰ ਕੀਤੀ ਜਾਂਦੀ ਆ। ਅਸਲ ਦੇ ਵਿੱਚ ਮੈਂ ਇਹ ਵੀਡੀਓ ਹੀ ਉਹਨਾਂ ਲੋਕਾਂ ਲਈ ਬਣਾਉਣ ਲੱਗਾ ਜੋ ਜਿਨ੍ਹਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਗਾ, ਕਿਉਂਕਿ ਬਹੁਤ ਲੋਕਾਂ ਨੂੰ ਇਹਦੇ ਬਾਰੇ, ਇਸ ਖੇਤੀ ਬਾਰੇ ਪਤਾ ਵੀ ਆ ਅਤੇ ਕਾਫੀ ਲੋਕ ਅਣਜਾਣ ਵੀ ਆ ਜੀ। ਜਿਨ੍ਹਾਂ ਨੂੰ ਪਤਾ ਉਹ ਤਾਂ ਵੇਖਣ ਦੀ ਕੋਈ ਜ਼ਰੂਰਤ ਨਹੀਂ ਵੀਡੀਓ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀਡੀਓ ਲਾਜ਼ਮੀ ਵੇਖਿਓ। ਮੈਂ ਤੁਹਾਨੂੰ ਉਹ ਚੁਕੰਦਰ ਵਿਖਾਉਣ ਲੱਗਾ ਜੀ ਜਿਨ੍ਹਾਂ ਦੀ ਖੰਡ ਤਿਆਰ ਹੁੰਦੀ ਆ। ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਲਗਮ ਦੀ ਤਰ੍ਹਾਂ ਆਹ ਵਾਲਾ ਜੋ ਹੈਗਾ ਜੀ ਇਹ ਚੁਕੰਦਰ ਆ, ਤਕਰੀਬਨ 1 ਕਿਲੋ ਤੋਂ ਉੱਪਰ ਇਸਦਾ ਵਜ਼ਨ ਹੁੰਦਾ। ਆਹ ਦੇਖੋ ਤੁਸੀਂ ਆਹ ਚੁਕੰਦਰ ਆ ਜੀ। ਅੱਜ ਨਾ ਇੱਥੇ ਚੁਕੰਦਰਾਂ ਦੀ ਪਟਾਈ ਹੋ ਰਹੀ ਸੀ, ਉਹ ਸਾਹਮਣੇ ਮਸ਼ੀਨ ਚੱਲੀ ਜਾਂਦੀ ਆ ਇਸ ਜਗ੍ਹਾ ਦੇ ਉੱਪਰ, ਅਤੇ ਜੋ ਖੇਤ ਦਾ ਇਹ ਮਾਲਕ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਇਸ ਦੀ ਬਿਜਾਈ ਹੁੰਦੀ ਹੈ, ਕਿੰਨੀ ਕੁ ਇਹਦੇ ਵਿੱਚੋਂ ਆਮਦਨ ਆ ਅਤੇ ਕੌਣ ਇਸ ਨੂੰ ਖਰੀਦਦਾ। ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂ ਉਹਨਾਂ ਤੋਂ ਜਿਨ੍ਹਾਂ ਦਾ ਇਹ ਖੇਤ ਆ, ਅਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਇਹ ਇੱਕ ਟਰਾਲੀ ਆ ਭਰੀ ਪਈ ਹੈ ਇੱਥੇ ਕਾਫੀ, ਯਾਨੀ ਕਿ ਸਿਰੇ ਤੱਕ। ਜਦੋਂ ਵੀ ਤੁਸੀਂ ਦੁਆਬੇ ਜਾਓਗੇ ਇੱਧਰ ਤੁਹਾਨੂੰ ਕਾਫੀ ਇਹ ਵੇਖਣ ਨੂੰ ਮਿਲਣਗੀਆਂ ਜੀ। ਅਤੇ ਇੱਕ ਆ ਤੁਸੀਂ ਜਿਵੇਂ ਲੋਡ ਹੋ ਰਿਹਾ ਇਹ ਮਸ਼ੀਨ ਆਟੋਮੈਟਿਕ, ਇਹਨੇ ਚੁਕੰਦਰ ਪੱਟਣ ਤੋਂ ਬਾਅਦ ਇਹਦੇ ਵਿੱਚ ਇਹਨਾਂ ਨੇ ਢੇਰੀ ਕਰ ਦਿੱਤੇ ਆ ਜੀ। ਜਿਹੜੀ ਇਹ ਵਾਲੀ ਮਸ਼ੀਨ ਆ ਇਹ ਜਿਹੜਾ ਇਹਦੇ ਉੱਪਰ ਲੱਗਾ ਹੁੰਦਾ, ਜਿਵੇਂ ਆਲੂਆਂ ਦੇ ਉੱਪਰ ਪੱਤੇ ਲੱਗੇ ਹੁੰਦੇ ਆ, ਅਤੇ ਇਹਦੇ ਉੱਪਰ ਵੀ ਜੋ ਪੱਤੇ ਲੱਗੇ ਆ, ਇੱਕ ਵਾਰੀ ਇਹ ਪੱਤੇ ਕੱਟ ਦਿੰਦੀ ਆ ਮਸ਼ੀਨ, ਆ ਦੇਖਿਓ, ਅਤੇ ਨਾਲ ਦੀ ਨਾਲ ਹੀ ਇਸ ਖੇਲੀ ਦੇ ਵਿੱਚੋਂ ਯਾਨੀ ਕਿ ਚੁਕੰਦਰ ਪੱਟੇ ਜਾਂਦੇ ਆ, ਇੱਕ ਦੇ ਪੱਤੇ ਉਹ ਕੱਟ ਜਾਂਦੀ ਆ। ਦੋ ਕੰਮ ਇੱਕੇ ਵਾਰੀ ਇਹ ਕਰ ਰਹੀ ਆ ਮਸ਼ੀਨ। ਇੱਕ ਵਾਰੀ ਆਪਾਂ ਤੁਹਾਨੂੰ ਮਸ਼ੀਨ ਵਿਖਾ ਦਈਏ ਪਹਿਲਾਂ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਇਸ 1 ਵਾਟ ਦੇ ਉਹਨੇ ਚੁਕੰਦਰ ਪੱਟੀ ਆਉਂਦੀ ਆ, ਅਤੇ ਦੂਜੀ ਦੇ ਨਾਲ ਕਟਾਈ ਹੋ ਰਹੀ ਆ। ਇੱਥੇ ਵੇਖਿਓ ਤੁਸੀਂ, ਇਹਦੇ ਇਹ ਪੱਟੇ ਜਾ ਰਹੇ ਆ ਜੀ ਚੁਕੰਦਰ, ਨਾਲ ਦੀ ਨਾਲ ਪੱਟ ਕੇ ਅਤੇ ਉਹਦੇ ਵਿੱਚ ਸੁੱਟੇ ਜਾਂਦੇ ਆ ਆਟੋਮੈਟਿਕ ਸਾਫ ਹੋ ਕੇ। ਪੱਤੇ ਵੱਢਣ ਵਾਲਾ ਪੱਖਾ ਜਿਹਾ ਲੱਗਾ ਉਹ ਉੱਤੋਂ ਉੱਤੋਂ ਚੱਕੀ ਜਾਂਦਾ ਉਹਨਾਂ ਉਹਨਾਂ, ਅਤੇ ਇਹ ਫਿਰ ਹਰੀ ਖਾਦ ਬਣੀ ਜਾਂਦੀ ਹੈ ਨਾਲ ਦੀ ਨਾਲ ਹੀ ਇਹਦੀ ਵਿੱਚੇ ਹੀ। ਆਪਣੇ ਨਾਲ ਬਾਈ ਜੀ ਆ ਗਏ ਆ ਜਿਨ੍ਹਾਂ ਦਾ ਇਹ ਖੇਤ ਸੀਗਾ, ਆਪਣੇ ਨਾਲ ਬਾਈ ਗੁਰਪਾਲ ਸਿੰਘ ਜੀ, ਇਹਨਾਂ ਦੇ ਇਹ ਦੂਸਰਾ ਆਪਣਾ ਖੇਤ ਹੈਗਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਿੰਦ ਜੀ, ਕਿੰਨਾ ਸਮਾਂ ਹੋ ਗਿਆ ਜੀ ਇਹ ਖੇਤੀ ਕਰਦੇ ਨੂੰ ਤੁਹਾਨੂੰ? ਦੇਖੋ ਜੀ, ਇਹ 4 ਸਾਲ ਤੋਂ ਖੇਤੀ ਕਰ ਰਿਹਾ ਜੀ। ਅੱਛਾ ਜੀ। ਚੁਕੰਦਰ ਦੀ ਖੇਤੀ ਹੈ ਜੀ ਇਹ। ਅੱਛਾ ਜੀ। ਤਕਰੀਬਨ ਇਹ 6 ਮਹੀਨੇ ਦੀ ਖੇਤੀ ਹੈ ਜੀ। ਕਣਕ ਤੋਂ ਥੋੜ੍ਹਾ ਜ਼ਿਆਦਾ ਸਮਾਂ ਲੈਂਦੀ ਹੈ ਜੀ? ਕਣਕ ਤੋਂ ਥੋੜ੍ਹਾ ਜ਼ਿਆਦਾ ਸਮਾਂ ਲੈਂਦੀ ਹੈ। ਠੀਕ ਹੈ ਜੀ। ਬਹੁਤ ਫਾਇਦੇਮੰਦ ਖੇਤੀ ਹੈ ਜੀ ਇਹ। ਅੱਛਾ ਜੀ। ਤਕਰੀਬਨ ਇਹਦਾ ਪਰ ਏਕੜ ਕਿੱਲੇ ਦਾ ਝਾੜ ਜਿਹੜਾ ਜੀ ਕੋਈ 400 ਕੁਇੰਟਲ ਦੇ ਕਰੀਬ ਹੈਗਾ ਜੀ। ਅੱਛਾ ਜੀ। ਐਤਕੀ ਥੋੜ੍ਹਾ ਜਿਹਾ ਮੌਸਮ ਦੀ ਖਰਾਬੀ ਕਾਰਨ 350 'ਤੇ ਫਿਰ ਵੀ ਆ ਰਿਹਾ ਜੀ ਇਹਦੀ ਐਵਰੇਜ। ਹਾਂਜੀ ਹਾਂਜੀ। ਅਤੇ ਬਹੁਤ ਵਧੀਆ, ਮੈਂ ਤਾਂ ਸਾਰੇ ਜ਼ਿਮੀਦਾਰ ਨੂੰ ਇਹ ਤਾਕੀਦ ਕਰੂੰਗਾ ਇਹ ਖੇਤੀ ਨੂੰ ਵੱਧ ਤੋਂ ਵੱਧ ਅਪਣਾਉਣ। ਪਾਣੀ ਵਗੈਰਾ ਫਿਰ ਕਿਹੋ ਜਿਹੇ ਚਾਹੀਦੇ ਤੁਹਾਡੇ? ਪਾਣੀ ਬਹੁਤ ਵਧੀਆ ਇੱਧਰ ਹੈਗੇ ਆ। ਹਾਂਜੀ ਹਾਂਜੀ। ਅਤੇ ਜਿਵੇਂ ਹੁਣ ਸਾਡੇ ਮਾਲਵੇ ਏਰੀਏ 'ਚ ਪਾਣੀ ਨਹੀਂ ਚੰਗੇ, ਉੱਧਰ ਤਾਂ ਮੁਸ਼ਕਲ ਹੈ ਨਾ ਜੀ ਇਹ ਹੁਣ? ਨਹੀਂ ਵੈਸੇ ਕੋਈ ਇਹੋ ਜਿਹੀ ਨਹੀਂ ਇਹਨੂੰ ਗੱਲ ਹੈਗੀ, ਇਹਨੂੰ ਤਾਂ ਕੋਈ ਮੇਰੇ ਹਿਸਾਬ ਨਾਲ ਨਾ ਪਾਣੀ ਦਾ ਨਹੀਂ ਬਹੁਤਾ ਚੱਕਰ ਹੈਗਾ ਜੀ। ਹਾਂਜੀ। ਕਿਉਂਕਿ ਮਾੜੇ ਪਾਣੀ 'ਚ ਵੀ ਇਹ ਖੇਤੀ ਲਾਹੇਵੰਦ ਹੀ ਆ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਅਤੇ ਇਹ ਫਿਰ ਇਹਦਾ ਬੀਜ ਵਗੈਰਾ ਤੁਸੀਂ ਖੁਦ ਲਿਆਉਣੇ ਬਾਜ਼ਾਰ 'ਚੋਂ ਜਾਂ ਇਹ ਆਪਣੇ ਖੰਡ ਮਿੱਲ ਵਾਲੇ ਦਿੰਦੇ ਜੀ? ਇਹ ਖੰਡ ਮਿੱਲ ਵਾਲੇ ਦਿੰਦੇ ਆ ਜੀ ਇਹਦਾ ਬੀਜ। ਅੱਛਾ ਜੀ। ਠੀਕ ਨਹੀਂ, A to Z ਸਾਰਾ ਟਰਾਂਸਪੋਰਟ ਖਰਚਾ ਵੀ ਉਹੀ ਸਾਰਾ ਭੇਜਦੇ ਆ ਉਹਨਾਂ ਦੇ ਆ ਜੀ ਸਾਰੇ। ਇਹ ਫਿਰ ਨਾ ਜੀ ਕਿੱਲੇ ਦੇ ਹਿਸਾਬ ਨਾਲ ਤਕਰੀਬਨ ਕੋਈ ਇਹਦਾ 4500 ਰੁਪਈਆ ਇਹ ਕੱਟਦੇ ਆ ਜੀ ਆਪਣੇ। ਹਾਂਜੀ, ਲੇਬਰ ਦਾ ਉਹ ਇੱਦਾਂ ਨਾ ਜੀ ਸਾਰਾ ਉਹਨਾਂ ਦਾ ਹੀ ਆ ਜੀ, ਉਹਨਾਂ ਨੇ ਖੱਤਾ ਸਫਾਈ ਕਰਨੀ ਆ ਜੀ। ਹਾਂਜੀ ਹਾਂਜੀ ਠੀਕ ਹੈ। ਇਹ ਉਹਨਾਂ ਦੀ ਲੇਬਰ ਹੀ ਆ ਜੀ ਸਾਰੀ। ਤੇ ਇਹਦਾ ਫਿਰ ਤੁਹਾਡੇ ਨਾਲ ਕੋਈ ਐਗਰੀਮੈਂਟ ਹੁੰਦਾ ਵੀ ਇਸ ਰੇਟ ਦੇ ਨਾਲ? ਹਾਂਜੀ, ਇਹ ਹਰੇਕ ਸਾਲ ਦੇ ਇਹ ਰੇਟ ਸਾਡੇ ਨਾਲ ਵੱਖਰਾ ਵੱਖਰਾ ਕਰਦੇ ਆ ਜੀ। ਐਤਕੀ 222 ਰੁਪਈਏ ਕੁਇੰਟਲ ਦੇ ਹਿਸਾਬ ਨਾਲ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਜੀ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਜੀ।
साढ़े 300 क्विंटल तो लैके 400 ताई है जी। अच्छा जी, हाँ जी। ਤੇ ਇਹਦੇ ਤੇ ਉੱਪਰ ਫਿਰ ਜਿਹੜੀਆਂ ਰਹੀਆਂ ਸਪਰੇਆ ਖਰਚਾ ਮਤਲਬ ਗੋਡੀ ਵਗੈਰਾ ਕੋਈ ਨਵੀਨ ਵਗੈਰਾ ਉਹਦੇ ਆਉਂਦੇ ਉਹਨਾਂ ਨੂੰ ਸਭ ਉਹ ਫਿਰ ਜ਼ਿਮੀਦਾਰ ਕਰ ਲੈਂਦਾ ਸਪਰੇਆ ਵਗੈਰਾ ਦੀ ਦਵਾਈ ਉਹ ਦਿੰਦੇ ਆ ਕੰਪਨੀ ਵਾਲੇ ਜੇ ਇਹਨੂੰ ਬਿਮਾਰੀ ਤੋਂ। ਹਾਂਜੀ ਹਾਂਜੀ ਬਿਮਾਰੀ ਤੋਂ, ਠੀਕ ਹੈ ਜੀ। ਤੇ ਇਹਦੀ ਫਿਰ ਬਣਦੀ ਆ ਖੰਡ ਜੀ? ਖੰਡ ਜੀ, ਠੀਕ ਹੈ। ਹਾਂਜੀ, ਤੇ ਇਹ ਕਹਿੰਦੇ ਆ ਵੀ ਜੇ ਮਤਲਬ ਕਿ ਜ਼ਿਆਦਾ ਸਮਾਂ ਆਪਾਂ ਇੱਥੇ ਰੱਖਣਗੇ ਖਰਾਬ ਹੋ ਜਾਂਦੇ ਤੇ ਤੁਰੰਤ ਹੀ ਲੈ ਕੇ ਜਾਂਦੇ ਪੈਂਦੇ ਉੱਥੇ? ਨਹੀਂ, ਕੋਈ 2-3 ਦਿਨ ਨਾਲ ਨਹੀਂ ਕੋਈ ਮੁਸ਼ਕਲ ਆਉਂਦੀ। ਅੱਛਾ ਅੱਛਾ, ਹਾਂ ਜ਼ਿਆਦਾ ਸਮਾਂ ਪਿਆ ਰਵੇ ਫਿਰ ਹੁੰਦਾ ਜੀ 2-3 ਦਿਨ। ਵੈਸੇ ਇੰਨਾ ਟਾਈਮ ਰਹਿੰਦਾ ਹੀ ਨਹੀਂਗਾ ਜੀ ਇੱਥੇ। ਜਦੋਂ ਅੱਜ ਹੀ ਪਟਾਈ ਹੋਈ, ਅੱਜ ਹੀ ਚੱਕਿਆ ਗਿਆ ਜੀ। ਇਹ ਸੌਖਾ ਹੋਈ ਜੀ ਆ ਕੰਮ। ਤੇ ਤੁਸੀਂ ਫਿਰ ਰਕਬਾ ਪਹਿਲਾਂ ਨਾ ਵਧਾਇਆ ਜੀ? ਵਧਾਇਆ ਜੀ, ਠੀਕ ਹੈ। ਮੈਂ ਤਕਰੀਬਨ ਕੋਈ 3 ਕਿੱਲੇ ਤੋਂ ਸਟਾਰਟ ਕੀਤਾ ਜੀ, ਇਸ ਟਾਈਮ 15 ਕਿੱਲੇ ਲਾਏ ਆ। ਅੱਛਾ ਅੱਛਾ, ਠੀਕ। ਕਿਉਂਕਿ ਨਾ ਸਾਡੇ 1-2 ਵਾਰੀ ਕਿਸੇ ਨੇ ਲਗਾਏ ਸੀਗੇ, 1 ਕਿੱਲਾ ਲਗਾਇਆ ਸੀ, ਤੇ ਉਹ ਜ਼ਿਆਦਾ ਜਿਵੇਂ ਉਹ ਪਾਣੀ ਵਾਲੀ ਗੱਲ ਹੋ ਗਈ ਜੀ, ਉਸ ਤੋਂ ਬਾਅਦ ਉਹਨਾਂ ਲਗਾਏ ਨਹੀਂ। ਅੱਛਾ ਜੀ, ਜਾਂ ਕੋਈ ਮੌਸਮ ਦਾ ਹੋਊਗਾ, ਕਿਉਂਕਿ ਹੋ ਸਕਦਾ ਕੋਈ ਖਰਾਬੀ ਆ ਜਾਵੇ ਮੌਸਮ ਵੱਲੋਂ। ਸਾਡੇ ਸਿਰਫ 1-1 ਵਾਰੀ ਲਗਾ ਕੇ ਛੱਡ ਦਿੱਤੇ ਜੀ। ਹਾਂਜੀ, ਇਸ ਵਾਰ ਜਿਵੇਂ ਨਾ ਜੀ ਪਾਣੀ ਨੇ ਕਾਫੀ ਨੁਕਸਾਨ ਕਰਤਾ ਕਣਕਾਂ ਦਾ, ਤੇ ਇਹਨੂੰ ਫਿਰ ਪਾਣੀ ਦਾ ਕੋਈ ਨੁਕਸਾਨ ਨਹੀਂ? ਇਹਨੂੰ ਕੋਈ ਇਦਾਂ ਦਾ ਨੁਕਸਾਨ ਨਹੀਂ ਹੋਇਆ ਜੀ, ਠੀਕ ਹੈ ਜੀ। ਹਾਂਜੀ, ਕਿਉਂਕਿ ਵੈਸੇ ਪਾਣੀ ਜਿੰਨਾ ਇਹਨੂੰ ਲੱਗੀ ਜਾਂਦਾ ਜੀ, ਚਾਹੇ ਬਰਸਾਤੀ ਆ, ਉਨਾ ਇਹਦੀ ਮੋਟਾਈ ਵੱਧਦੀ ਆ ਜੀ, ਵੇਟ 'ਚ ਵੱਧ ਰਿਹਾ ਉਨਾ ਹੀ। ਅੱਛਾ, ਜਿੰਨਾ ਇਹਦਾ ਵੇਟ ਵਧੂਗਾ ਉਨਾ ਹੀ ਆਪਾਂ ਨੂੰ ਫਾਇਦਾ। ਉਹ ਪਾਣੀ ਕਿੰਨਾ ਕੁ ਲਗਾਉਣਾ ਪੈਂਦਾ ਜੀ ਇਹਨੂੰ? ਕਣਕਾਂ ਜਿੰਨਾ ਹੀ ਜਾਂ ਕਣਕ ਨੂੰ ਥੋੜ੍ਹਾ ਵੱਧ ਲੈ ਲੈਂਦਾ ਜੀ ਪਾਣੀ? ਹਾਂਜੀ, ਅਤੇ ਵੈਸੇ ਝੋਨੇ ਝਾਨਿਆਂ ਨੂੰ ਪਾਣੀ ਬਹੁਤ ਘੱਟ ਲੈਂਦਾ ਜੀ, ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਤੁਸੀਂ ਕੀ ਬੀਜੋਗੇ ਇੱਥੇ? ਇੱਥੇ ਹੁਣ ਝੋਨੇ ਦੀ ਲਵਾਈ ਹੋਊਗੀ ਜੀ। ਝੋਨਾ ਲਾਉਂਗੇ? ਹਾਂਜੀ, ਝੋਨਾ ਵੱਢ ਕੇ ਫਿਰ ਇਹ ਲੱਗੇਗਾ ਜੀ, ਠੀਕ ਹੈ ਜੀ। ਅਤੇ ਇਹਦਾ ਫਿਰ ਜਿਹੜੇ ਇਹਨੂੰ ਅਜਾੜਾ ਜਿਵੇਂ ਕਿ ਗਾਵਾਂ ਦਾ, ਉਹਨੂੰ ਕਣਕ ਨੂੰ ਪੈਂਦਾ ਜਾਂ ਹੋਰ ਫਸਲ ਨੂੰ ਪੈਂਦਾ, ਇਹਨੂੰ ਇਹ ਤਾਂ ਨਹੀਂ ਖਾਂਦੇ? ਨਹੀਂ, ਇਹਨੂੰ ਨਹੀਂ ਖਾਂਦੇ ਜੀ। ਇਹ ਵੀ ਚਲੋ ਵਧੀਆ ਗੱਲ ਹੈ ਨਾ ਜੀ, ਟੈਨਸ਼ਨ ਜਾਂ ਨਹੀਂ? ਘੱਟ ਹੈ, ਬਹੁਤ ਘੱਟ ਹੈ ਜੀ, ਠੀਕ ਹੈ ਜੀ। ਅਤੇ ਪੇਮੈਂਟ ਫਿਰ ਇਹ ਤੁਹਾਡੇ ਖਾਤੇ 'ਚ ਪਾ ਦਿੰਦੇ ਜੀ? ਇਹ ਪੇਮੈਂਟ ਸਾਡੇ ਖਾਤੇ 'ਚ ਆਈ ਜਾਣੀ ਹੈ ਜੀ। ਹਾਂਜੀ, ਵੈਸੇ ਜਿਵੇਂ ਜਿਵੇਂ ਟਰਾਲੀ ਜਾ ਰਹੀ ਆ, ਉੱਥੇ ਕੰਡਾ ਹੁੰਦਾ ਵਾ ਤਾਂ ਮੋਬਾਈਲ 'ਤੇ ਮੈਸੇਜ ਆਈ ਜਾਂਦਾ ਨਾਲ ਦੀ ਨਾਲ ਵੀ ਇਹਦਾ ਇੰਨਾ ਵੇਟ ਹੋ ਚੁੱਕਾ, ਨਾਲ ਹੀ ਨਾਲ ਤੁਹਾਨੂੰ ਮੈਸੇਜ ਆਈ ਜਾਣਾ। ਅਤੇ ਜੇ ਕਿਸੇ ਨੇ ਖੇਤੀ ਕਰਨੀ ਹੋਵੇ ਜੀ, ਹਾਂਜੀ, ਉਹ ਕਿਹਦੇ ਨਾਲ ਸੰਪਰਕ ਕਰੂਗਾ? ਦੇਖੋ ਜੀ, ਇੱਥੇ ਉਹਨਾਂ ਦੇ ਆ ਜਾਂਦੇ ਆ ਜੀ ਸਾਰੇ, ਤਕਰੀਬਨ ਹੁਣ ਹੀ ਗਏ ਹੋਣੇ, ਥੋੜ੍ਹਾ ਦੇਰ ਪਹਿਲਾਂ ਇੱਥੇ ਹੀ ਰਹਿੰਦੇ ਆ, ਠੀਕ ਹੈ, ਸਾਰੇ ਉਹਨਾਂ ਦੇ ਪ੍ਰਬੰਧ ਆ ਪੂਰੇ। ਅੱਛਾ, ਹਾਂਜੀ ਹਾਂਜੀ, ਉਹ ਫਿਰ ਬਕਾਇਦਾ ਤੁਹਾਡੇ ਕੋਲ ਪਿੰਡਾਂ 'ਚ ਵੀ ਜਾ ਕੇ ਅਟੈਂਡ ਕਰਦੇ ਆ ਜ਼ਿਮੀਦਾਰਾਂ ਨੂੰ, ਇਹਦੇ ਬਾਰੇ ਦੱਸਦੇ ਆ, ਖੇਤੀ ਬਾਰੇ ਵੀ ਤੁਸੀਂ ਇਹਨੂੰ ਅਪਣਾਓ, ਠੀਕ ਹੈ ਜੀ। ਕਿਉਂਕਿ ਕਾਫੀ ਏਰੀਆ ਮੇਰੇ ਪਿੰਡ ਜਿਹੜਾ ਜੱਕੋਪੁਰ ਹੈ, ਇੱਥੇ ਤਕਰੀਬਨ 150-150 ਕਿੱਲਾ ਲੱਗਾ ਹੋਇਆ। ਫਿਰ ਉਹ ਦੇਖ ਲੈਂਦੇ ਨਾ ਜਿਵੇਂ ਇੱਕ ਵਾਰੀ ਆਪਾਂ ਕਾਮਯਾਬ ਹੋ ਗਏ, ਫਿਰ ਅਗਲਾ ਕਹਿੰਦਾ ਵੀ ਚਲੋ ਇਹ ਕੰਮ ਵਧੀਆ ਵਾ। ਹਾਂਜੀ ਹਾਂਜੀ, ਜਿਵੇਂ ਕਿ ਵੀਰ ਨੇ ਦੱਸਿਆ ਕਿ ਸਾਨੂੰ ਇਹ ਖੇਤੀ ਬਹੁਤ ਵਧੀਆ ਲੱਗੀ ਆ, ਕਹਿੰਦੇ 15 ਕਿੱਲੇ ਕਰ ਲਏ ਆ। ਅੱਜ ਦੀ ਆਪਣੀ ਵੀਡੀਓ ਇੰਨੀ ਸੀ ਜੀ, ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।